ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਵੀਰ ਦਵਿੰਦਰ ਸਿੰਘ ਲਾਲੀ ਸੋ ਅੱਜ 9 ਜਨਵਰੀ 2022 ਆ ਜੀ ਸਾਲ ਦੀ ਸ਼ੁਰੂਆਤ ਚ ਬਹੁਤ ਜ਼ਿਆਦਾ ਮੀਂਹ ਪਿਆ ਇਸ ਮੀਂਹ ਦੇ ਜਿਵੇਂ ਅੱਜਕੱਲ ਫਸਲਾਂ ਨੇ ਕਣਕ ਆਪਣਾ ਇਹ ਆਲੂ ਨੇ ਤੇ ਸਰੋਂ ਆ ਇਹ ਪੰਜਾਬ ਚ ਆਮ ਤੌਰ ਤੇ ਫਸਲਾਂ ਬੀਜੀਆਂ ਜਾਂਦੀਆਂ ਇਹਨਾਂ ਤੇ ਬਹੁਤ ਮੀਂਹ ਦੇ ਬਹੁਤ ਸਾਰੇ ਫਾਇਦੇ ਵੀ ਨੇ ਨੁਕਸਾਨ ਵੀ ਅੱਜ ਆਪਾਂ ਆਹੀ ਗੱਲਾਂ ਤੇ ਵਿਚਾਰ ਕਰਾਂਗੇ ਜੇ ਨਵੇਂ ਵੀਰ ਸਾਡੀ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰੋ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪਿਛਲੇ 5-4 ਦਿਨਾਂ ਤੋਂ ਬਹੁਤ ਜ਼ਿਆਦਾ ਵਾਰਸ਼ ਹੋਇਆ ਹੈ तकरीबन ਸਾਰੇ ਪੰਜਾਬ 'ਚ ਹੀ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਮੀਂਹ ਦੇ ਜਿੱਥੇ ਨੁਕਸਾਨ ਨੇ ਫਾਇਦੇ ਵੀ ਹੈ ਜੇ ਕਿਤੇ ਨਾਰਮਲ ਮੀਂਹ ਪਿਆ ਜਿੱਥੇ ਤੁਹਾਡੇ ਖੇਤ 'ਚ ਪਾਣੀ ਨਹੀਂ ਖੜਿਆ ਇੱਕ ਆਮ ਮੀਂਹ ਆ ਵੀ ਨਾਰਮਲ ਵਰਖਾ ਇਹਦੇ ਬਹੁਤ ਫਾਇਦੇ ਨੇ ਇਹਦੇ ਨਾਲ ਆਪਣੀ ਜਿਵੇਂ ਫਸਲ ਆ ਰੁਕੀ ਹੋਈ ਸੀ ਚੱਲ ਨਹੀਂ ਸੀ ਰਹੀ ਕੋਰਾ ਸੀਗਾ ਕੋਰੇ ਨਾਲ ਵੀ ਫਸਲਾਂ ਦਾ ਵਿਕਾਸ ਨਹੀਂ ਹੁੰਦਾ ਸੋ ਜੇ ਨਾਰਮਲ ਮੀਂਹ ਪੈਂਦਾ ਇਹਦੇ ਨਾਲ ਫਸਲਾਂ ਇੱਕਦਮ ਹਰੀਆਂ ਭਰੀਆਂ ਹੋ ਜਾਂਦੀਆਂ ਨੇ ਤੇ ਜਿਹੜੇ ਸੁਖਮ ਤੱਤ ਨਾਈਟ੍ਰੋਜਨ ਵਗੈਰਾ ਦੀ ਕਮੀ ਵੀ ਮੀਂਹ ਨਾਲ ਪੂਰਤੀ ਹੋ ਜਾਂਦੀ ਆ। ਹੁਣ ਆਜੋ ਜੀ ਜਿੱਥੇ ਕਿਤੇ ਜ਼ਿਆਦਾ ਮੀਂਹ ਪੈ ਗਿਆ ਤੁਹਾਡੇ ਖੇਤ ਚ ਮੀਂਹ ਦਾ ਪਾਣੀ ਖੜ ਗਿਆ ਉਸਦੇ ਬਹੁਤ ਨੁਕਸਾਨ ਨੇ। ਜੇ 2-3 ਦਿਨ ਤੁਹਾਡੇ ਖੇਤ ਚ ਪਾਣੀ ਖੜਾ ਰਿਹਾ ਤੁਹਾਡੀ ਫਸਲ ਪੀਲੀ ਹੋ ਸਕਦੀ ਆ, ਸੁੱਕ ਕੇ ਗਲ ਵਿਜੇ ਜਾਂ ਗਲ ਵੀ ਸਕਦੀ ਆ। ਸੋ ਆਪਾਂ ਕੀ ਕਰੀਏ? ਪੀਲੀ ਕਿਉਂ ਪੈਂਦੀ ਆ ਜੇ ਕਿਤੇ ਪਾਣੀ ਆਪਣੇ ਖੇਤ ਚ ਖੜ ਜਾਂਦਾ ਨਾ ਉਹਦੇ ਨਾਲ ਕੀ ਹੁੰਦਾ ਫਸਲ ਦੀਆਂ ਜੜਾਂ ਚੋਂ ਮਿੱਟੀ ਚੋਂ ਆਕਸੀਜਨ ਬਾਹਰ ਆ ਜਾਂਦੀ ਆ ਆਕਸੀਜਨ ਜਦੋਂ ਪੌਦੇ ਦੀਆਂ ਜੜਾਂ ਚੋਂ ਬਾਹਰ ਆ ਜਾਂਦੀ ਆ ਬੂਟਾ ਆਪਣੀ ਖਾਦ ਖਰਾਕ ਨਹੀਂ ਬਣਾ ਸਕਦਾ ਜਿਸ ਨਾਲ ਉਹਨੂੰ ਨਾਈਟ੍ਰੋਜਨ ਦੀ ਤੇ ਉਹਨੂੰ ਮੈਗਨੀਜ਼ ਦੀ ਕਮੀ ਆ ਜਾਂਦੀ ਆ ਇਹਨਾਂ ਨਾਲ ਬੂਟਾ ਆਪਣਾ ਪੀੜਾ ਹੋ ਜਾਂਦਾ ਤੇ ਪਾਣੀ ਜਾਦੇ ਖੜ ਜਾਂਦਾ ਉਹਨੇ ਗਲ ਕੇ ਸੁੱਕ ਵੀ ਜਾਂਦਾ ਫਸਲ ਤਬਾਹ ਵੀ ਹੋ ਜਾਂਦੀ ਹੈ ਤੇ ਇਹਨਾਂ ਦਿਨਾਂ ਵਿੱਚ ਆਪਾਂ ਖੇਤ ਵਿੱਚ ਨਦੀਨ ਨਾਸ਼ਕ ਵੀ ਸਪਰੇਅ ਕਰੀ ਹੁੰਦੀ ਹੈ ਜਿਵੇਂ ਅੱਜਕੱਲ ਸੰਕੋਰ ਹੋ ਗਈ ਜਾਂ ਐਟਲਾਨਸ ਹੋ ਗਈ ਇਹਨਾਂ ਦਵਾਈਆਂ ਨੂੰ ਘੱਟੋ ਘੱਟ ਹਫ਼ਤਾ ਦਾ 10 ਦਿਨ ਤੁਸੀਂ ਖੇਤ ਨੂੰ ਪਾਣੀ ਨਹੀਂ ਦੇਣਾ ਹੁੰਦਾ ਕਈ ਵੀਰ ਕਿਸਾਨ ਵੀਰਾਂ ਨੇ ਦੂਏ ਤੀਏ ਦਿਨੀ ਮੀਂਹ ਆ ਗਿਆ ਉਸ ਨਾਲ ਵੀ ਤੁਹਾਡਾ ਖੇਤ ਆ ਜਿਹੜਾ ਸੁੱਕ ਵੀ ਸਕਦਾ ਪੀੜਾ ਵੀ ਪੈ ਸਕਦਾ ਬਹੁਤ ਨੁਕਸਾਨ ਨੇ ਇਹਦੇ ਨਾਲ ਵੀ ਆਪਾਂ ਕਿਵੇਂ ਇਹਨਾਂ ਨੁਕਸਾਨਾਂ ਨੂੰ ਦੂਰ ਕਰੀਏ ਕੀ ਖਾ ਖਾਦਾਂ ਦੀਏ ਜਾਂ ਸਪਰੇਆਾਂ ਕਰੀਏ ਉਹਦੇ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਬੇਨਤੀ ਹੈ ਤੁਸੀਂ ਆਪਦੇ ਖੇਤ ਦਾ ਪਾਣੀ ਨੂੰ ਬਾਹਰ ਕੱਢੋ ਤੁਸੀਂ ਇਹਨੂੰ ਵੱਟ ਤੋੜ ਕੇ ਤਾਂ ਗਵਾਂਢੀ ਦੇ ਤਾਂ ਤੋੜ ਨਹੀਂ ਸਕਦੇ ਕਿਵੇਂ ਕੱਢੋਗੇ ਜੇ ਤੁਸੀਂ ਆਪ ਦੀ ਵਾਟ ਕਈ ਕਿਸਾਨ ਵੀਰ ਕੀ ਕਰਦੇ ਆ ਵਟਾਂ ਤੋੜ ਕੇ ਗਵਾਂਡੀਆਂ ਦੇ ਪਾਣੀ ਨੂੰ ਬਾੜ ਦਿੰਦੇ ਆ ਇਹ ਇਸ ਤਰ੍ਹਾਂ ਨਾ ਕਰੋ ਇਸ ਤਰ੍ਹਾਂ ਉਹ ਕਿਸਾਨ ਦੀ ਫਸਲ ਵੀ ਤਬਾਹ ਹੋ ਸਕਦੀ ਹੈ ਤੁਹਾਡੀ ਲੜਾਈ ਵੀ ਹੋ ਸਕਦੀ ਹੈ ਤੁਸੀਂ ਕੀ ਕਰਨਾ ਤੁਸੀਂ ਆਪ ਦੇ ਖੇਤ ਦੇ ਨਾਲ ਇੱਕ ਖੂੰਜੇ ਤੇ ਟੋਏ ਪਟਵਾਓ ਜਿਹੜੇ ਖੇਤ ਵਿੱਚ ਤੁਹਾਡੇ ਪਾਣੀ ਜ਼ਿਆਦੇ ਆ ਜਿਵੇਂ 2-3 ਕੀਲੇ ਜੇ ਚ ਪਾਣੀ ਜ਼ਿਆਦਾ ਹੈ ਉਹਦੇ ਇੱਕ ਪਾਸੇ ਤੁਸੀਂ ਟੋਆ ਪਟਵਾ ਸਕਦੇ ਹੋ ਜੀਸੀਬੀ ਨਾਲ ਪਟਵਾ ਦਿਓ ਜੇ ਜੀਸੀਬੀ ਨਹੀਂ ਮਿਲਦੀ ਜਾਂ ਉੱਥੇ ਨਹੀਂ ਪਹੁੰਚਦੀ ਆ ਦੇਖੋ ਅਸੀਂ ਆਪਣੇ ਖੇਤ ਚ ਤਿੰਨ ਚਾਰ ਕਿਸਾਨ ਵੀਰ ਮਿਲ ਕੇ ਇੱਕ ਟੋਆ ਪਟ ਰਹੇ ਹਾਂ 5 ਫੁੱਟ ਡੂੰਘਾ 5 ਫੁੱਟ ਚੌੜਾ ਤੇ ਉਹ ਬਾਂਸ ਵੋਕੀ ਨਾਲ ਉਹਦੇ ਵਿੱਚ ਹੋਰ ਖੋਲ ਕਰ ਰਹੇ ਹਾਂ 5 ਫੁੱਟ ਡੂੰਘਾ ਇਸ ਤਰ੍ਹਾਂ ਕਰਨ ਨਾਲ 24 ਘੰਟਿਆਂ 'ਚ ਤੁਹਾਡੇ ਖੇਤ ਦਾ ਪਾਣੀ ਨਾਰਮਲ ਹੋ ਜੂ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਜੇ ਪਾਣੀ ਜ਼ਿਆਦਾ ਖੜਾ ਇਸ ਤਰ੍ਹਾਂ ਕਰ ਲਓ ਨਹੀਂ ਤੁਹਾਡੀ ਫਸਲ ਸੁੱਕ ਕੇ ਖਤਮ ਵੀ ਹੋ ਸਕਦੀ ਹੈ ਤੇ ਜਦੋਂ ਤੁਹਾਡੇ ਨਾਰਮਲ ਪਾਣੀ ਹੋ ਗਿਆ ਨਾ ਉਸੇ ਵਕਤ ਤੁਸੀਂ 1 ਕਿਲੇ 'ਚ ਇੱਕ ਬੋਰੀ ਯੂਰੀਆ ਤੇ 10 ਕਿਲੋ ਸਲਫਰ ਦਿਓ ਇਸ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਨਾਈਟ੍ਰੋਜਨ ਦੀ ਕਮੀ ਹੈ ਜਿਹੜੀ ਉਹ ਪੂਰੀ ਹੋ ਜੂ ਤੇ ਹੋਰ ਸੁਖਮ ਤੱਤਾਂ ਦੀ ਵੀ ਕਮੀ ਆਪਾਂ ਪੂਰੀ ਕਰ ਲਾਂਗੇ ਤੇ ਸਲਫਰ ਦੇ ਨਾਲ ਇੱਕ ਖੇਤ ਚ ਪਾਣੀ ਆ ਜਿਹੜਾ ਆਪਣੇ ਆਪ ਜੀਰਨ ਲੱਗ ਜੂ ਪਾਣੀ ਖੇਤ ਪੀਣ ਲੱਗ ਜਾਂਦਾ ਉਸ ਤੋਂ ਬਾਅਦ ਤੁਸੀਂ ਖੇਤ ਨੂੰ ਸਪਰੇਅ ਕਰਨੀ ਆ ਕਿਹੜੀ ਕਰਨੀ ਆ ਹੁਣ ਆਪਾਂ ਆਮ ਨਾਰਮਲੀ ਤੱਤ ਹੁੰਦੇ ਆ ਜੇ ਮੈਂ ਸਪਰੇਅ ਕਰਨੀ ਆ ਤੁਸੀਂ 2 ਕਿਲੋ ਯੂਰੀਆ ਲੈ ਲਓ ਜੇ ਤੁਹਾਡੇ ਕੋਲੇ ਨੈਨੋ ਯੂਰੀਆ ਤਾਂ 500 ਗ੍ਰਾਮ ਨੈਨੋ ਦੋਨਾਂ ਚੋਂ ਕੁਝ ਇੱਕ ਚੀਜ਼ ਲੈ ਲਓ ਇਹਦੇ ਵਿੱਚ ਪਲੱਸ 1 ਕਿਲੋ ਮੈਗਨੀਜ਼ਮ ਮਿਕਸ ਕਰੋ ਚੌਥੇ ਦਿਨ ਦੁਬਾਰੇ ਤੁਸੀਂ 2 ਕਿਲੋ ਯੂਰੀਆ ਲੈ ਲਓ ਪਲੱਸ 2 ਕਿਲੋ ਡੀਏਪੀ ਲੈ ਲਓ ਡੀਏਪੀ ਨੂੰ 24 ਘੰਟੇ ਪਹਿਲਾਂ ਪਾਣੀ ਚ ਭਿਉਂ ਲਿਓ ਪਲੱਸ ਅੱਧਾ ਕਿਲੋ ਜ਼ਿੰਕ ਲੈ ਲਓ ਇਸ ਤਰ੍ਹਾਂ ਕਰਨਾ ਤੁਸੀਂ ਖੇਤ ਹਰਾ ਭਰਾ ਹੋ ਜਾਊ ਕਈ ਵੀਰ ਕਹਿੰਦੇ ਆ ਵੀ ਤੁਸੀਂ ਮੈਗਨੀਜ਼ ਵਿੱਚ ਡੀਏਪੀ ਪਾ ਲਈਏ ਨਹੀਂ ਮੈਕਸ ਨਹੀਂ ਕਰ ਸਕਦੇ ਇਦਾਂ ਕਰਨ ਨਾਲ ਤੁਹਾਡਾ ਡੀਏਪੀ ਨਾਲ ਤੇ ਮੈਗਨੀਜ਼ ਮੈਕਸ ਨਹੀਂ ਹੋ ਸਕਦੇ ਨਾ ਐਨਪੀਕੇ ਮੈਕਸ ਹੋ ਸਕਦਾ ਮੈਗਨੀਜ਼ ਜੇ ਤੁਸੀਂ ਐਨਪੀਕੇ ਦੀ ਸਪਰੇ ਕਰਨੀ ਆ ਉਹ ਤੀਜੀ ਸਪਰੇ ਅਲੱਗ ਕਰ ਲਓ ਮੈਗਨੀਜ਼ ਵਿੱਚ ਕਦੇ ਵੀ ਡੀਏਪੀ ਜਾਂ ਡੀਏਪ ਆ ਦਾ ਸਾਲਟ ਮਿਕਸ ਨਹੀਂ ਹੋ ਸਕਦਾ ਹੁਣ ਤੁਸੀਂ ਜਿਹੜੀ ਫਸਲ ਦੇਖ ਰਹੇ ਹੋ ਆਲੂ ਹੈ ਜੀ ਆਲੂ ਵੀ ਬਹੁਤ ਵੀ ਜਿਹੋਏ ਨੇ ਇਸ ਵਾਰ ਪੰਜਾਬ ਚ ਆਲੂ ਦੀ ਫਸਲ ਵਿੱਚ ਪਾਣੀ ਘਟੋ ਘਟਨਾ 24 ਘੰਟੇ ਤੋਂ ਜ਼ਿਆਦਾ ਨਹੀਂ ਖੜਾ ਹੋ ਕਰਨਾ ਹੋਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਆਲੂ ਤੁਹਾਡੇ ਗਲ ਜਾਣਗੇ ਬੂਟੇ ਸੁੱਕ ਵੀ ਸਕਦੇ ਨੇ ਇਹਨੂੰ ਉਲੀ ਵੀ ਪੈ ਸਕਦੀ ਹੈ ਮੈਂ ਤਾਂ ਕਹਣਾ ਵੀ ਇਦੇ ਵਿੱਚ 12 ਘੰਟੇ ਤੋਂ ਵੱਧ ਵੀ ਪਾਣੀ ਨਾ ਖਾਣ ਦਿਓ ਪਾਣੀ ਨੂੰ ਜਿਵੇਂ ਮਰਜ਼ੀ ਬਾਹਰ ਕੱਢੋ ਤੇ ਉਸ ਤੋਂ ਬਾਅਦ ਹੁਣ ਜੇਕਰ ਆਲੂ 60 ਦਿਨਾਂ ਦੀ ਫਸਲ 70 ਦੀ ਹੋਗੀ ਇਹਦੇ ਆਪਾਂ ਯੂਰੀਆ ਵੀ ਨਹੀਂ ਪਾ ਸਕਦੇ ਤੁਸੀਂ ਨਾਰਮਲ ਯੂਰੀਆ ਦੀ ਸਪਰੇਅ ਕਰ ਸਕਦੇ ਹੋ ਜਿਵੇਂ ਐਨ ਪੀ ਕੇ 19 19 19 ਵਰਤ ਸਕਦੇ ਹੋ ਇਸ ਨਾਲ 2 ਦਿਨਾਂ 'ਚ ਤੁਹਾਡੀ ਫਸਲ ਲਹਿਰਾਉਣ ਲੱਗ ਜੂਗੀ ਤੇ ਉਸ ਤੋਂ ਬਾਅਦ ਇੱਕ ਵਧੀਆ ਉਲੀਨਾਸ਼ਕ ਦਿਓ ਕਿਉਂਕਿ ਮੀਂਹ ਨਾਲ ਇਹਨੂੰ ਫੰਗਸ ਜਾਂ ਗੇਤਾਪਜੇਤਾ ਝੁਲਸਰਬ ਜ਼ਰੂਰ ਪਊ ਕਿਹੜਾ ਉਲੀਨਾਸ਼ਕ ਹੈ ਜਿਵੇਂ ਤੁਸੀਂ ਬਲੂ ਕਾਪਰ ਦੇ ਸਕਦੇ ਹੋ ਐਮਈ ਸਟਾਰ ਟਾਪ ਦੇ ਸਕਦੇ ਹੋ ਨਟਿਵੋ ਦੇ ਸਕਦੇ ਹੋ ਕਸਟੂਡੀਆ ਦੇ ਸਕਦੇ ਹੋ ਵਧੀਆ ਸਟਰੋਂਗ ਉਲੀਨਾਸ਼ਕ ਦੇਣਾ ਜ਼ਰੂਰੀ ਆ ਹੋਰ ਕਿਹੜੀਆਂ ਇਹਨੂੰ ਆਪਾਂ ਖਾਦ ਦੇਣੀਆਂ ਜਾਂ ਕਿਹੜੀਆਂ ਸਪਰੇਹਾਂ ਮੈਂ ਉੱਤੇ ਲਿੰਕ ਦੇ ਰਿਹਾ ਉਹ ਤੁਸੀਂ ਦੇਖ ਕੇ ਤੁਸੀਂ ਇਹਦੀ ਟ੍ਰੀਟਮੈਂਟ ਕਰ ਸਕਦੇ ਹੋ ਹੁਣ ਆਜੋ ਜੀ ਸਰੋਂ ਦੀ ਫਸਲ ਇਹਦੇ ਵਿੱਚ ਵੀ ਮੇਨ ਆ ਵੀ ਆਪਾਂ ਪਾਣੀ ਨਹੀਂ ਖੜਾ ਕਰਨਾ ਜੇ ਇਹ ਚ ਪਾਣੀ ਜ਼ਿਆਦਾ ਸਮਾਂ ਖੜ ਗਿਆ ਤਾਂ ਤੁਹਾਡੇ ਬੂਟੇ ਦੀ ਗਰੋਥ ਨਹੀਂ ਹੋਣੀ ਉਹਨੂੰ ਫਲ ਵੀ ਬਹੁਤ ਘੱਟ ਲੱਗੂਗਾ ਸੋ ਇਹਦਾ ਪਾਣੀ ਕੱਢੋ ਪਾਣੀ ਤੋਂ ਬਾਅਦ ਤੁਸੀਂ ਇਹਦੇ ਵਿੱਚ ਯੂਰੀਆ ਪਲੱਸ ਸਲਫਰ ਜ਼ਰੂਰ ਦਿਓ ਇਦੇ ਵਿੱਚ ਵੀ ਯੂਰੀਆ ਨਾਲ ਨਾਈਟ੍ਰੋਜਨ ਦੀ ਕਮੀ ਤੇ ਸਲਫਰ ਨਾਲ ਵੀ ਇਹਦੀ ਕਮੀ ਪੂਰੀ ਹੋ ਬੂਟੇ ਦੀ ਗਰੋਥ ਹੋਊਗੀ ਤੇ ਉਸ ਤੋਂ ਬਾਅਦ ਤੁਸੀਂ ਐਨਪੀਕੇ 19 19 19 ਦਿਓ ਜਾਂ ਫਿਰ ਯੂਰੀਆ ਤੇ ਡੀਏਪੀ ਦੇ ਸਕਦੇ ਹੋ ਇਹ ਜੇ ਤੁਹਾਡੀ ਸਰੋਂ ਦੀ ਫਸਲ ਨੂੰ ਫੁੱਲ ਲੱਗੇ ਹੋਏ ਨੇ ਫਿਰ ਤੁਸੀਂ ਇਹਦੇ ਉੱਤੇ ਐਨਪੀਕੇ 0 52 34 ਪਲੱਸ ਬੋਰਨ ਦੀ ਸਪਰੇਅ ਕਰੋ ਦੇ ਨਾਲ ਇੱਕ ਉਲੀ ਨਾਸ਼ਕ ਵੀ ਵਰਤ ਸਕਦੇ ਹੋ ਜੋ ਮੈਂ ਆਲੂਆਂ ਤੇ ਰეკਮੈਂਡ ਕਰਿਆ ਉਹ ਕਰ ਲਓ ਜਾਂ ਐਮ 45 ਕਰ ਲਓ ਜਾਂ ਕੋਈ ਵੀ ਨਾਰਮਲ ਫੰਗੀਸਾਈਡ ਤੁਸੀਂ ਕਰ ਸਕਦੇ ਹੋ ਸੋ ਕਿਸਾਨ ਵੀਰਾਂ ਨੂੰ ਇਹ ਹੀ ਬੇਨਤੀ ਹੈ ਵੀ ਸਭ ਤੋਂ ਪਹਿਲਾਂ ਤੁਸੀਂ ਮੀਂਹ ਦੇ ਦਿਨਾਂ ਵਿੱਚ ਜੇ ਤੁਹਾਡੇ ਫਸਲ ਚ ਪਾਣੀ ਖੜਾ ਤਾਂ ਪਾਣੀ ਨੂੰ ਬਾਹਰ ਕੱਢਣ ਦਾ ਪ੍ਰਬੰਧ ਕਰੋ ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਯੂਰੀਆ ਸਲਫਰ ਵਗੈਰਾ ਦਿਓ ਤੇ ਉਸ ਤੋਂ ਬਾਅਦ ਤੁਸੀਂ ਉਹਦੇ ਉੱਤੇ ਸਪਰੇਹਾਂ ਕਰੋ ਘਾਟਾਂ ਵਧਾਉਣੀਆਂ ਆਮ ਤੌਰ ਤੇ ਜਿਵੇਂ ਯੂਰੀਆ ਦੀ ਰეკਮੈਂਡੇਸ਼ਨ ਆ ਜਾਂ ਡੀਏਪੀ ਵਗੈਰਾ ਦੀ ਵੀ ਸਪਰੇਅ ਕਰ ਸਕਦੇ ਆ ਪਰ ਧਿਆਨ ਰੱਖਿਓ ਵੀ ਮੈਗਨੀਜ਼ ਵਿੱਚ ਡੀਏਪੀ ਵਗੈਰਾ ਮਿਕਸ ਨਾ ਕਰਿਆ ਜਾਵੇ ਸੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਧੰਨਵਾਦ